अस्सलाम वालेकुम जी, मैं मंगला डैम विच इसलै मौजूद हाँ। तै तुसा तकी सकदे हो जिहड़ा मस्जिद ना मीनार है, इत्थै जामिया मस्जिद होनी सी मंगला डैम ना पानी अछने तू पहले। अज तू 10 साल पहले इस मस्जिद च अजान भी होनी सी तै नमाज भी अदा की जानी सी। यह इलाका खाड़क नी मस्जिद होनी सी, मैरा बदार इस ग्रां ना नां सी। ਉੱਨੀ ਸੌ 70 ਵਿੱਚ ਇਸ ਮਸਜਿਦ ਕੀ ਤਾਮੀਰ ਕੀਤਾ ਗਿਆ ਸੀ। ਬਾਕੀ ਤਾਂ ਜਾਮਿਆ ਮਸਜਿਦ ਕੀ ਜਿਲ੍ਹਾ ਡੈਮ ਨਾ ਪਾਣੀ ਆਇਆ ਤਾਂ ਸ਼ਹੀਦ ਕਰੀ ਕਹਿੰਦਾ ਗਿਆ ਸੀ, ਤਾਂ ਬਸ ਇਹ ਮੀਨਾਰ ਜਿਹੜਾ ਵਾ ਇਹ ਛੋੜ ਦਿੱਤਾ ਗਿਆ ਸੀ। ਤੁਸੀਂ ਤੱਕੀ ਸਕਣੇ ਹੋ ਇਸ ਮਸਜਿਦ ਦੇ ਨਾਲ ਇੱਕ ਬਾਜ਼ਾਰ ਸੀ, ਛੱਪੜੀ ਬਾਜ਼ਾਰ ਜਿਸ ਦਾ ਨਾਂ ਸੀ। ਇਹ ਤੁਸੀਂ ਉਸਨੇ ਫੋਟੋ ਤੱਕੀ ਸਕਣੇ ਹੋ। ਇਹ ਜਿਲ੍ਹਾ ਮੰਗਲਾ ਡੈਮ ਨਾਲ ਪਾਣੀ ਉੱਪਰ ਕੀਤਾ ਗਿਆ ਸੀ ਤਾਂ ਉਲੈ ਇਹ ਪਾਣੀ ਇਸ ਬਾਜ਼ਾਰਾਂ ਦੇ ਵਿੱਚ ਵੜਿਆ ਸੀ। ਮੀਰਪੁਰ ਆਜ਼ਾਦ ਕਸ਼ਮੀਰ ਵਿੱਚ ਜ਼ਲਜ਼ਲਾ ਅਛਣੇ ਦੀ ਵਜ੍ਹਾ ਤੋਂ ਇਸ ਮੀਨਾਰਾ ਨਾਲ ਅੱਪੜਲਾ ਜਿਹੜਾ ਹਿੱਸਾ ਵੈ ਇਹ ਥੋੜ੍ਹਾ ਜਿਹਾ ਭੱਜੀ ਗਿਆ ਵੈ। ਮੰਗਲਾ ਡੈਮ ਵਿੱਚ ਅੱਜ ਵੀ ਕਈ ਇਹੋ ਜਿਹੇ ਮੀਨਾਰ ਮਸਜਿਦਾਂ ਲੋਕਾਂ ਨੇ ਘਰ ਨਜ਼ਰ ਅਛਣੇ ਨੇ। ਉਮੀਦ ਕਰਨਾ ਵਾਂ ਕਿ ਤੁਸੀਂ ਕਿ ਮਾੜੀ ਵੀਡੀਓ ਪਸੰਦ ਆਈ ਹੋ ਸੀ। ਮਜ਼ੀਦ ਵੀਡੀਓ ਤੱਕਣੇ ਵਾਸਤੇ ਮਾੜੇ ਚੈਨਲ ਕੀ ਸਬਸਕ੍ਰਾਈਬ ਕਰਕੇ ਨੋ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ।